अस्सलाम वालेकुम दोस्तों। अब मैं टिकटॉक ते रोज़ आटे दी वीडियो देखदा वाँ। लोग कुछ कह रहे कुछ कह रहे हैं, जेड़ा आटा नहीं ना मतलब चेक कर दिने असीं इन्हां नूं, वो स्कैन करके चेक कर लैंदे वी तुहाडा आटा नहीं आया हैगा, वो फ्राड कर लैंदे बंदे नाल। मेरा अपना आईडी कार्ड तहसील शाहकोट दे विच मैं गया वाँ, मैं उत्थे अपना आईडी कार्ड दित्ता वा खुद जाती, उन्होंने मैनू कहा जी हफ्ते बाद आनी। मैं हफ्ते बाद वापस गया वाँ, ਤੇ ਹਫਤੇ ਬਾਅਦ ਉਹਨਾਂ ਨੇ ਕਿਹਾ ਜੀ ਤੁਸੀਂ ਆਪਣਾ ਮਤਲਬ ਚੌਥੇ ਦਿਨ ਆਵੇਂ, ਯਾਨੀ ਕਿ ਮੈਂ ਦੁਬਾਰਾ ਮੈਸੇਜ ਕੀਤਾ ਵਾ ਤੇ ਉਹ ਮੈਨੂੰ ਇੱਕ ਥੈਲੇ ਵਸੂਲ ਦਾ ਮੈਸੇਜ ਆਇਆ। ਉਸ ਤੋਂ ਬਾਅਦ ਕੱਲ ਪਰਸੋਂ ਮੈਨੂੰ ਚਿਸ਼ਤੀਆਂ ਦੇ ਵਿੱਚੋਂ ਵੀ ਕਾਲ ਆਈ ਆ, ਅਸੀਂ ਆਟਾ ਅਸੀਂ ਅਹਿਲ ਵੀ ਹਾਂ, ਉਹਨਾਂ ਸਾਨੂੰ ਕਹਿਤਾ ਤੁਹਾਡਾ ਆਟਾ ਨਹੀਂ ਆਇਆ ਹੈਗਾ, ਤੇ ਅਸੀਂ ਮੈਸੇਜ ਕੀਤਾ ਦੁਬਾਰਾ ਤੇ ਉਹਨਾਂ ਨੇ ਇੱਕ ਥੈਲਾ ਵਸੂਲ ਉਹਦਾ ਪਾਇਆ। ਇਸੇ ਤਰੀਕੇ ਨਾਲ ਮੇਰੇ ਕੁਝ ਹੋਰ ਦੋਸਤ ਵੀ ਆ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵਾ, ਇਹ ਪੂਰੇ ਪੰਜਾਬ ਦੇ ਵਿੱਚ ਹੀ ਮਤਲਬ ਨਾ ਬੰਦਿਆਂ ਨਾਲ ਫਰਾਡ ਕਰ ਜਾਂਦੇ ਆ, ਆਟਾ ਸ਼ਨਾਸ਼ ਕਾਰਡ ਸਕੈਨ ਕਰ ਲੈਂਦੇ ਆ, ਕਹਿੰਦੇ ਤੁਹਾਡਾ ਆਟਾ ਨਹੀਂ ਆਇਆ, ਚੌਥੇ ਦਿਨ ਆਇਆ ਹੋ, ਅੱਠਵੇਂ ਦਿਨ ਆਇਆ ਹੋ, ਮਤਲਬ ਆ ਉਹ ਜਦੋਂ ਸ਼ਨਾਸ਼ ਕਾਰਡ ਸਕੈਨ ਕਰਦੇ ਆ ਉਹ ਆਟਾ ਆਪਣੇ ਕੋਲ ਰੱਖ ਲੈਂਦੇ ਆ, ਜਾਂ ਕੋਈ ਅਫਸਰ ਵਗੈਰਾ ਖਾ ਰਹੇ ਆ ਜਾਂ ਉਹ ਖਾ ਆਪਣਾ ਖਾ ਰਹੇ ਜਿਹੜੇ ਬੰਦੇ ਸਕੈਨ ਕਰਦੇ ਉਹ ਖਾ ਰਹੇ ਆ।